ਵਰਗਾ ਜਾਵੇ ਹਵਾ ਨਾਲ ਰਕਾਨੇ ਗੱਲਾਂ ਕਰਦਾ ਤੇਰੇ ਯਾਰ ਦਾ ਚੇਤਕ ਜਹਾਜ ਵਰਗਾ ਜਾਵੇ ਹਵਾ ਨਾਲ ਰਕਾਨੇ ਗੱਲਾਂ ਕਰਦਾ ਉਹ ਡਾਕਟਰ ਸਾਹਿਬ ਕੀ ਹਾਲ ਹੈ ਡਾਕਟਰ ਸਾਹਿਬ ਤੁਹਾਡੇ ਤੋਂ ਰੋਜ਼ ਸਵਾਦੀ ਦਵਾਈ ਖੜੀ ਵੀ ਆ ਕੋਈ ਫਰਕ ਨਹੀਂ ਪਿਆ ਮੈਨੂੰ ਟੈਨਸ਼ਨ ਨਾ ਲਓ ਅੱਜ ਫਰਕ ਪੈ ਜਾਊਗਾ ਡਾਕਟਰ ਸਾਹਿਬ ਆ ਗਈ ਚੈੱਕ ਕਰ ਰਹੇ ਆ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਆ ਦਵਾਈ ਦੇ ਦਿੰਦੇ ਤੁਹਾਨੂੰ ਠੀਕ ਆ ਜੀ ਡਾਕਟਰ ਸਾਹਿਬ ਫਰਕ ਪੈ ਜਾਊਗਾ ਨਾ ਅੱਜ ਤਾਂ ਫਰਕ ਪੈ ਜਾਣਾ ਹੈ ਪੱਕਾ ਡਾਕਟਰ ਸਾਹਿਬ ਅੱਜ ਤੋਂ ਫਰਕ ਪੈਣਾ ਸਟਾਰਟ ਹੋ ਜਾਊਗਾ ਨਾ ਹਾਂ ਹੁਣ ਤਾਂ ਫਰਕ ਪੈਣਾ ਸਟਾਰਟ ਹੋ ਜਾਣਾ ਹੈਲੋ ਡਾਕਟਰ ਸਾਹਿਬ ਆਇਆ ਹੈਲੋ ਅੱਜ ਤਾਂ ਤਾਂ ਦਾ ਫਰਕ ਪੈਣਾ ਸਟਾਰਟ ਹੋ ਗਿਆ ਸੀ ਡਾਕਟਰ ਸਾਹਿਬ ਦਵਾਈ ਦੇ ਦੋ ਠੰਡ ਬਹੁਤ ਲੱਗਣ ਦੀ ਜਿੰਨਾ ਮੈਂ ਜਲਦੀ ਠੀਕ ਹੋ ਜਾਵਾਂ ਦਵਾਈ ਦੇ ਦੋ 200 ਰੁਪਏ ਦੀ ਦਵਾਈ ਲੱਗੂਗੀ 10 ਮਿੰਟਾਂ ਠੀਕ ਹੋ ਜਾਏਗੀ ਠੀਕ ਹੈ ਹਾਂਜੀ ਹਾਂਜੀ ਹੈਲੋ ਤੁਹਾਡੀ ਦਵਾਈ ਡਾਕਟਰ ਸਾਹਿਬ ਇਹ ਕੀ ਆ ਇਹ ਗੋਟੀ